ਸੱਟਾਂ ਪਾਉਂਦਾ ਨਹੀਂ ਸੀ, ਸੁੱਤੇ ਪਏ ਉੱਠੇ ਸੀਗੇ, ਇਹਨਾਂ ਨੇ ਸੁੱਤੇ ਪਏ ਦੱਬ ਰਹੇ ਸਾਰੇ, ਰੱਤ ਧੌਲੇ ਨੇ ਗਾਲਾਂ ਦਿੱਤੀਆਂ, ਕੋਈ ਤਿੱਖੀ ਚੀਜ਼ ਵੱਢੀ ਸਾਡੇ ਘਰੇ ਆ ਕੇ ਇਹਨਾਂ ਨੇ ਮਾਰ ਕੁੱਟ ਕੀਤੀ ਸਾਨੂੰ। ਇਹ ਪੱਪੂ ਕੋਲੇ ਸੀਗਾ ਕੁਛ ਡਾਂਗ ਡੂੰਗੇ, ਇਹਨਾਂ ਕੋਲ ਡਾਂਗ ਹੀ ਹਿੱਸਾ ਖਾ ਦੀ ਹੱਥ ਸੀ, ਹਾਂ ਕੁਛ ਵੱਜਿਆ ਬੰਨਿਆ ਬੁੰਨਿਆ ਸੀ, ਕੁਛ ਪਤਾ ਨਹੀਂ ਲੱਗਿਆ ਵੀ ਕੀ ਮਾਰ ਕੇ ਗਏ ਸਾਡੇ ਘਰੇ ਆ ਕੇ ਕੁੱਟ ਮਾਰ ਕੀਤੀ ਇਹਨਾਂ ਨੇ। ਉਹ ਪੰਜਾਂ ਕੁ ਤਾਂ 6 ਅੰਕ ਤਾਂ ਮੈਂ ਜਾਣ ਦੂਜੇ ਜਾਣ ਪਛਾਤ ਸੀ, ਪਤਾ ਨਹੀਂ ਕਿੰਨੇ ਕੁ ਸੀਗੇ ਉਹਨਾਂ ਨੇ। ਇੱਕ ਨਾ ਪੱਪੂ ਆ, ਇੱਕ ਨਾ ਤਰਸੇਮ ਸਿੰਘ ਆ, ਵੋਟੀ ਨਰਾਣੀ ਆ, ਇੱਕ ਨਾ ਧੌਲਾ ਵਾ, ਅਤੇ ਇੱਕ ਨਾ ਬਿੱਟੂ ਆ ਮੁੰਡੇ ਨਾਲ ਪੱਪੂ ਦੇ ਨਾਲ, ਇੱਕ ਧੌਲੇ ਦੀ ਬਹੂ ਆ ਗਗਨਦੀਪ। ਉਹਨੇ ਸੇਮੇ ਨੇ ਸ਼ੁਰੂ ਵਾਰ ਕੀਤੀ ਇਹਨਾਂ ਨੇ, ਸਾਡਾ ਵਿਹੜਾ ਭਰਤਾ ਸਾਰੇ ਵਿਹੜੇ ਦੇ ਰੋੜੇ, ਇਹਨਾਂ ਦੇ ਇਹਨਾਂ ਲੜਾਈ ਰੋੜਿਆਂ 'ਤੇ ਖੜ ਕੇ ਕਰਦੇ ਉੱਥੇ ਰੋੜੇ, ਇਹਨਾਂ ਦੇ ਹੀ ਸਾਰੇ ਵਿਹੜੇ। ਉਹ ਮੇਰੇ ਘਰ ਵਾਲੇ ਕਾਂਤੇ ਉਹਦੀ ਬਹੂ ਨੇ ਰੋੜਾ ਮਾਰਿਆ, ਤਰਸੇਮ ਸਿੰਘ ਜੀ ਨੇ। ਆਦੂ ਜਾ ਕੇ ਮੌਕਾ ਦੇਖਿਆ ਜਾਵੇ, ਇਹ ਗਾਸਤੀਆਂ ਤੀਮੀਆਂ ਨੇ ਸਾਡਾ ਜੀਣਾ ਹਰਾਮ ਕੀਤਾ ਪਿਆ ਸੀ। ਅਸੀਂ ਕਹਿੰਦੇ ਜੇ ਕੋਈ ਸਾਡੇ 'ਚ ਕਸੂਰ ਆ, ਜੋ ਮਰਜ਼ੀ ਕਰੇ, ਜੇ ਸਾਡੇ ਮੁੰਡੇ ਨੂੰ ਦੂਸ਼ਣਾ ਲਾਉਂਦੇ ਆ, ਜੇ ਸਾਡਾ ਮੁੰਡਾ ਗਲਤ ਹੋ, ਜੋ ਮਰਜ਼ੀ ਕਰਿਆ ਜਾਵੇ, ਸਾਨੂੰ ਇਹ ਝੂਠੇ ਨੇ ਲਾਉਂਦੇ ਆ ਸਾਨੂੰ ਜੂਨੇ ਇਹ। ਮੇਰਾ ਨਾਂ ਕੁਲਵੰਤ ਆ ਜੀ, ਭੰਮੇ ਬਰਾ। ਕਈ ਰਾਤ ਕੱਢੀਆਂ ਗਾਲਾਂ ਧੌਲੇ ਨੇ, ਜੋ ਗਾਲਾਂ ਕੱਢੀਆਂ ਧੌਲੇ ਨੇ। ਉਦੋਂ ਬਾਅਦ ਸਾਜਰੇ ਦਾ ਟਾਈਮ ਆ 6:30 ਵਜੇ ਦਾ, ਇਹਨਾਂ ਦੀ ਮਿਸੀ ਸੀਗੀ, ਸਾਨੂੰ ਕੋਈ ਪਤਾ ਨਹੀਂ, ਅਸੀਂ ਸੁੱਤੇ ਪਏ ਹਾਂ। ਸਾਡੇ ਘਰ ਆ ਕੇ ਹਮਲਾ ਕੀਤਾ। ਇਹ ਜੀ ਇੱਕ ਪੱਪੂ ਆ, ਇੱਕ ਪੱਪੂ ਦਾ ਮੁੰਡਾ ਹੈ, ਇੱਕ ਧੌਲਾ ਹੈ, ਇੱਕ ਧੌਲੇ ਦੇ ਘਰ ਵਾਲੀ ਆ, ਇੱਕ ਸੇਮੇ ਦੇ ਘਰ ਵਾਲੀ ਆ। ਇਹ 6 ਬੰਦੇ ਆ ਜੀ। ਹਾਂ ਜੀ, ਬਾਕੀ ਅਣਪਛਾਤੇ ਆ, ਬਾਹਰੋਂ ਵੀ ਛੱਡੇ ਆ ਬੰਦੇ ਇਹਨਾਂ ਨੇ। ਮੇਰੇ ਘਰ ਵਾਲੀ ਨੇ ਮਾਰੀ ਆ ਜੀ, ਇਹ ਤਿੱਖੀ ਚੀਜ਼ ਮਾਰੀ ਆ, ਕੋਈ ਇਹ ਨਹੀਂ ਪਤਾ, ਸਾਨੂੰ ਤਾਂ ਪਤਾ ਹੀ ਨਹੀਂ ਵੀ ਕੀ ਚੀਜ਼ ਮਾਰੀ ਆ। ਹੋਰ ਮੇਰੇ ਰੋੜਾ ਮਾਰਿਆ ਜੀ ਕੰਨ 'ਤੇ ਆ ਜੀ। ਇਹ 6ਵੇਂ ਦੇ ਘਰ ਵਾਲੀ ਨੇ ਮਾਰਿਆ। ਰੋੜੇ ਬਥੇਰੇ ਪਏ ਆ ਜੀ ਘਰ, ਸਾਡੇ 'ਚ ਵਿਹੜਾ ਭਰਿਆ ਪਿਆ, ਜਾ ਕੇ ਦੇਖ ਲਓ। ਸਾਨੂੰ ਨਸ਼ਾਫ ਹੋਣਾ ਚਾਹੀਦਾ ਜੀ ਇਹ ਗੱਲ। ਹਾਂਜੀ, ਧੱਕਾ ਹੋਇਆ ਸਾਡੇ ਨਾਲ, ਘਰ ਆ ਕੇ ਧੱਕਾ ਹੋਇਆ। ਤਰਸੇਮ ਸਿੰਘ ਜੀ, ਭੰਮੀਪੁਰ ਕਲਾਂ ਜੀ। ਗੱਲ ਜੀ, ਆਪਣੇ ਇਹ ਜਿਹੜੇ ਸਾਡੇ ਗੁਆਂਢੀ ਆ, ਚਾਚੇ ਦੇ ਘਰ ਦੇ ਨਾਲ ਘਰ ਆ ਉਹਦਾ, ਅਤੇ ਇੱਕ ਸਾਧੂ ਦਾ ਮੁੰਡਾ, ਇੱਕ ਹੈਗਾ ਬਾਰੂ ਦਾ ਮੁੰਡਾ। ਉਹ ਜੀ ਆਪਣੇ ਕੋਠੇ 'ਤੇ ਰਾਤ ਨੂੰ ਦਾਰੂ ਪੀ ਜਾਂਦੇ ਸੀ ਦੋਨੇ। ਦਾਰੂ ਪੀਂਦਿਆਂ ਪੀਂਦਿਆਂ ਨੇ ਜਾਣੀ ਕਿ ਜਿਹੜਾ ਬਾਰੂ ਦਾ ਮੁੰਡਾ ਮਾਲੀ, ਉਹਨੇ ਜਾਣੀ ਕਿ ਸਾਡੇ ਵਾਲੇ ਪਾਸੇ ਜਾਣੀ ਕਿ ਬਨੇਰੇ 'ਤੇ ਗੇੜੇ ਦੇਣ ਲੱਗ ਗਿਆ। ਗੇੜੇ ਦਿੰਦੇ ਦਿੰਦੇ ਨੇ ਸਾਡੀ ਜਾਣੀ ਕਿ ਭਰਜਾਈ ਨੇ ਕਿਹਾ ਵੀ ਇਹ ਗੇੜੇ ਕਾਹਤੋਂ ਦਿੰਦਾ। ਮਗਰੋਂ ਚਲੋ ਉਹ ਇੰਨੀ ਗੱਲ ਕਹਿ ਕੇ ਅਗਲਾ ਕਹਿੰਦਾ ਵੀ ਆਪਦੇ ਘਰੇ ਗੇੜੇ ਦਿੰਦਾ, ਦੇਈ ਜਾਣ ਦੇ ਕੋਠੇ 'ਤੇ। ਮਗਰੋਂ ਉਹ ਅੰਦਰ ਵੜ ਗਈ ਸੌਂ ਗਈ, ਅਤੇ ਇਹਨੇ ਜਾ ਕੇ ਕੋਠੇ 'ਤੇ ਥੱਲੇ ਛਾਲ ਮਾਰ ਕੇ, ਸਾਡੀ ਜਿਹੜੀ ਭਤੀਜੀ 14 ਸਾਲ ਦੀ ਬੱਚੀ, ਉਹਦੇ ਮਗਰ ਜਦੋਂ ਜਾਣ ਲੱਗਾ ਬਾਥਰੂਮ ਕਰਨ ਗਈ ਦੇ, ਉਹਨੇ ਕਿਤੇ ਚੀਕਾਂ ਛੱਡਤੀਆਂ, ਅਤੇ ਜਦੋਂ ਚੀਕਾਂ ਛੱਡਤੀਆਂ, ਇੰਨੇ 'ਚ ਇਹ ਮੂਹਰ ਦੀ ਚੌਂਕ ਵਾਲੀ ਪਾਸੇ ਦੀ ਕੰਧ ਟੱਪ ਕੇ ਭੱਜ ਗਿਆ। ਅਤੇ ਜਦੋਂ ਉਹਨਾਂ ਨੇ, ਮੇਰੀ ਭਰਜਾਈ ਨੇ, ਉਹਨਾਂ ਨੇ ਜਵਾਕਾਂ ਨੇ ਆ ਕੇ ਬਾਹਰ ਰੌਲਾ ਪਾਇਆ, ਅਸੀਂ ਵੀ ਆ ਗਏ। ਅਤੇ ਤੜਕੇ ਨੂੰ ਮੈਂ ਉਹਨੂੰ ਕੁਛ ਨਹੀਂ ਕਿਹਾ, ਮੈਂ ਆਪਦੀ ਭਰਜਾਈ ਨੂੰ ਕਿਹਾ, ਮੈਂ ਕਿਹਾ ਤੂੰ ਇਸ ਤਰ੍ਹਾਂ ਕਰ ਵੀ ਆਪਾਂ ਕੁਛ ਨਹੀਂ ਕਹਿਣਾ ਇਹਨੂੰ, ਅਤੇ ਉਹਨੇ ਗਾਲਾਂ ਗੂਲਾਂ ਵੀ ਕੱਢੀਆਂ, ਮੈਂ ਕੁਛ ਨਹੀਂ ਕਹਿਣਾ, ਆਪਾਂ ਥਾਣੇ ਜਾਵਾਂਗੇ। ਥਾਣੇ ਜਾ ਕੇ ਜੀ ਅਸੀਂ ਦਰਖਾਸਤ ਦੇ ਆਉਂਦੀ, ਜਦੋਂ ਦਰਖਾਸਤ ਦੇ ਆਉਂਦੀ, ਉਸ ਤੋਂ ਬਾਅਦ ਅੱਜ ਤੜਕੇ ਜਾਣੀ ਕਿ ਜਿਹੜਾ ਮਾਲੀ ਆ, ਉਹ ਚੌਂਕ ਦੇ ਵਿੱਚ ਗੇੜੇ ਕੱਢਦਾ ਕੱਢਦਾ ਗਾਲਾਂ ਕੱਢਦਾ ਰਿਹਾ। ਅਸੀਂ ਤਾਂ ਜੋ ਜਾ ਕੇ ਪੁੱਛਿਆ, ਉਹਦਾ ਜਿਹੜਾ ਭਰਾ ਮੰਗਾ ਵਾ, ਉਹਨੇ ਇੰਨੀ ਗੱਲ ਕਹੀ, ਕਹਿੰਦਾ ਤੁਸੀਂ ਬਾਂਹ ਤੱਕ, ਜਿੱਥੋਂ ਤੱਕ ਮਰਜ਼ੀ ਗਲਤ ਭਰਜਾਈ ਨੂੰ ਗਲਤ ਬੋਲ ਕੇ, ਕਹਿੰਦਾ ਜਿੱਥੋਂ ਤੱਕ ਮਰਜ਼ੀ ਜ਼ੋਰ ਲਾ ਲਓ, ਵੀ ਤੁਸੀਂ ਸਾਡਾ ਕੁਛ ਨਹੀਂ ਕਰ ਸਕਦੇ। ਉੱਥੋਂ ਜਾਣੀ ਕਿ ਉਹਦੇ ਜਿਹੜਾ ਮੰਗਾ ਵਾ, ਉਹਨੇ ਭੂਕਣਾ 'ਚ ਲਾਇਆ, ਭੂਕਣਾ ਵੀ ਸਾਡੇ ਘਰੇ ਪਿਆ ਵਾ। ਅਤੇ ਜਦੋਂ ਭੂਕਣਾ 'ਚ ਲਾਇਆ, ਉਦੋਂ ਬਾਅਦ ਕੋਠੇ 'ਤੇ ਚੜ੍ਹ ਕੇ ਰੋੜਿਆਂ ਦੀ ਉਹਨਾਂ ਨੇ ਬਰਸਾ ਸ਼ੁਰੂ ਕਰਤੀ, ਛੇੜੇ ਸੌਂਕ 'ਚ ਚਲਾਏ, ਜਿੰਨਾ ਕੁ ਸਾਥੋਂ ਜਿੱਥੋਂ ਤੱਕ ਹੋਏ, ਅਸੀਂ ਵੀ ਐਵੇਂ ਕਹਿ ਦੇ ਝੂਠ ਬੋਲਣਾ ਕਾਹਤੋਂ ਚਲਾਏ ਆ। ਬਸ ਇੰਨੀ ਗੱਲ ਹੋਈ ਆ, ਇਹਨਾਂ ਨੇ ਇਹਦਾ ਸਿਰ ਪਾੜਤਾ, ਇਹਦੇ 4 ਟਾਂਕੇ ਲੱਗੇ ਆ ਆਪਦੀ, ਇਹਨਾਂ ਨੇ ਮਾਂ ਦੇ ਜਾਣੀ ਕਿ ਬਲੇਟ ਮਾਰ ਕੇ, ਅਤੇ ਇੱਥੇ ਲਿਆ ਕੇ ਇਹਨਾਂ ਨੇ ਆਪ ਲੰਮੀ ਪਾਤੀ। ਇੰਨੀ ਗੱਲ ਹੋਈ ਆ ਜੀ ਬਸ।